ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਤੋਂ ਇਲਾਵਾ ਪੰਜਾਬ ਚੋਣ ਕਮਿਸ਼ਨ ਵੀ ਚੋਣਾਂ ਲਈ ਪੱਬਾਂ ਭਾਰ ਹੈ। ਜਿਸ ਦੇ ਸੰਬੰਧ ਵਿੱਚ ਚੋਣ ਕਮਿਸ਼ਨ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕੌਮੀ ਚੋਣ ਕਮਿਸ਼ਨ ਨੇ ਪੰਜਾਬ ਦੇ ਪੋਲਿੰਗ ਸਟੇਸ਼ਨਾਂ ਨੂੰ ਰੈਸਲੇਲਾਈਜੇਸ਼ਨ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਵਿੱਚ ਪੋਲਿੰਗ ਸਟੇਸ਼ਨਾਂ ਦੇ ਨਾਲ ਸੰਬੰਧਿਤ ਹਰ ਸਮੱਸਿਆ ਦਾ ਹੱਲ ਕੀਤਾ ਜਾਏਗਾ। ਇਸ ਤੋਂ ਇਲਾਵਾ ਕਮਿਸ਼ਨ ਵੱਲੋਂ ਰਾਸ਼ਟਰੀ ਵੋਟਰ ਸੂਚੀ ਸ਼ੁੱਧੀਕਰਨ ਮੁਹਿੰਮ ਤਹਿਤ ਵੋਟਰ ਸੂਚੀ ਦੇ ਯੋਗ ਅਤੇ ਅਯੋਗ ਵੋਟਰਾਂ ਦੇ ਜਾਇਜ਼ਾ ਅਤੇ ਘਰ ਘਰ ਜਾ ਕੇ ਵੋਟਰ ਸੂਚੀ 'ਚ ਦਰਜ ਵੋਟਰਾਂ ਦੇ ਵੇਰਵੇ ਅਤੇ ਤਸਵੀਰਾਂ ਦਾ ਵੀ ਨਿਰੀਖਣ ਕੀਤਾ ਜਾਏਗਾ। ਇਹ ਜਿਹੜੀ ਚੋਣ ਕਮਿਸ਼ਨ ਨੇ ਇੱਕ ਸਾਲ ਚੋਣਾਂ ਤੋਂ ਇੱਕ ਸਾਲ ਪਹਿਲੇ ਨਾ ਜਿਹੜੀ ਜਨਰਲ ਇਲੈਕਟਰਲ ਰੋਲ ਦੀ ਪੋਲਿੰਗ ਸਟੇਸ਼ਨ ਦੀ ਇੰਪਰੂਵਮੈਂਟ ਦੀ ਅਤੇ ਟ੍ਰੇਨਿੰਗ ਇਹ ਤਿੰਨ ਤਰ੍ਹਾਂ ਦੇ ਕੰਮ ਸ਼ੁਰੂ ਕਰ ਦਿੰਦੀ ਹੈ। ਇਹ ਤਿੰਨੋਂ ਤਰ੍ਹਾਂ ਦੇ ਕੰਮ ਪੰਜਾਬ ਵਿੱਚ ਵੀ ਸ਼ੁਰੂ ਹੋ ਚੁੱਕੇ ਹਨ। ਸਭ ਤੋਂ ਪਹਿਲਾਂ ਹੈ ਜਿਹੜਾ ਪੋਲਿੰਗ ਸਟੇਸ਼ਨ ਦੀ ਰੈਸ਼ਨਲਾਈਜੇਸ਼ਨ, ਅਗਰ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਵੋਟਰ ਨੂੰ ਕਿਸੇ ਪੋਲਿੰਗ ਸਟੇਸ਼ਨ ਤੋਂ ਕੋਈ ਇਤਰਾਜ਼ ਹੈ ਜਾਂ ਕੋਈ ਸੁਝਾਵ ਹੈ ਜੋ ਕੋਈ ਵਧੀਆ ਪੋਲਿੰਗ ਸਟੇਸ਼ਨ ਬਣਾਇਆ ਜਾ ਸਕਦਾ ਹੈ ਉਸ ਇਲਾਕੇ 'ਚ ਹੋਰ ਵੀ, ਤਾਂ ਉਹ ਆਪਣੇ ਇਲੈਕਟਰਲ ਰਜਿਸਟ੍ਰੇਸ਼ਨ ਅਫਸਰ ਨੂੰ ਦੇ ਸਕਦੇ ਨੇ। ਇਸ ਕਰਕੇ ਆਪਾਂ ਉਸ ਪੋਲਿੰਗ ਸਟੇਸ਼ਨ ਨੂੰ ਵਿੱਚ ਇੰਪਰੂਵਮੈਂਟ ਕਰ ਸਕਦੇ ਹਾਂ। ਇੱਕ ਨਵੀਂ ਮਸ਼ੀਨ ਜਿਹੜੀ ਹੁਣ ਅਗਲੇ ਚੋਣਾਂ 'ਚ ਐਡ ਹੋਏਗੀ, ਪਾਇਲਟ ਬੇਸਿਸ 'ਤੇ ਪਹਿਲੇ ਹੋਏਗੀ, ਫਿਰ ਬਾਅਦ 'ਚ ਸਾਰੀ ਜਗ੍ਹਾ ਆ ਸਕਦੀ ਹੈ। ਉਹ ਇਹ ਹੈ ਕਿ ਇੱਕ ਪ੍ਰਿੰਟਰ ਲੱਗੇਗਾ ਹਰ ਵੋਟਿੰਗ ਮਸ਼ੀਨ ਨਾਲ, ਅਤੇ ਉਸ ਵਿੱਚ ਜੈਸੇ ਆਪਾਂ ਕ੍ਰੈਡਿਟ ਕਾਰਡ ਤੋਂ ਕੋਈ ਪਰਚੇਜ਼ ਕਰਦੇ ਹਾਂ ਤਾਂ ਛੋਟੀ ਜਿਹੀ ਸਲਿੱਪ ਨਿਕਲਦੀ ਹੈ ਪ੍ਰਿੰਟ ਹੋ ਕੇ, ਉਸ ਤਰੀਕੇ ਦੀ ਨਿਕਲੇਗੀ ਪਰਚੀ, ਉਸ ਵਿੱਚ ਅਸੀਂ ਕਿਸੇ ਵੋਟਰ ਨੇ ਕਿਹਨੂੰ ਵੋਟ ਪਾਇਆ ਉਹ ਪ੍ਰਿੰਟ ਹੋਏਗਾ, ਅਤੇ ਉਹ ਫਿਰ ਪਰਚੀ ਥੱਲੇ ਚਲੀ ਜਾਏਗੀ, ਉਹ ਮਿਲੇਗੀ ਨਹੀਂ ਉਸਨੂੰ ਬੰਦੇ ਨੂੰ, ਲੇਕਿਨ ਬੰਦਾ ਵੇਖ ਸਕਦਾ ਹੈ ਵੀ ਉਹਦਾ ਵੋਟ ਕਿਹਨੂੰ ਗਿਆ ਹੈ। ਅਗਰ ਉਹਨੂੰ ਕੋਈ ਉਸ ਵਿੱਚ ਗਲਤ ਲੱਗਦਾ ਜੇ ਗਲਤ ਅਗਰ ਪ੍ਰਿੰਟ ਹੋਇਆ ਹੈ ਤਾਂ ਉਹ ਜਾ ਕੇ ਉਹ ਚੈਲੇਂਜ ਕਰ ਸਕਦਾ ਹੈ, ਤਾਂ ਫਿਰ ਉਹਦੇ ਪ੍ਰੋਸੈਸ ਹੈ।